ਸਸ਼ਿਕਾ ਲੋਕਰਨ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰ لال ਗਰਕਸਾਹ ਗਰਕਸਾਹ ਜੀ ਆ। ਸ਼ੁਕਰੀਆ ਜੀ ਬਹੁਤ ਬਹੁਤ। ਜੀ ਗਰਕਸਾਹ ਸਾਹਿਬ ਜੋ ਇਤਿਹਾਸਿਕ ਮੁੱਦੇ ਨੇ ਸਮੇਂ ਰਹਿੰਦੇ ਆ ਜਿਨ੍ਹਾਂ ਦਾ ਹੱਲ ਨਹੀਂ ਹੋਇਆ ਉਹ ਵਰਤਮਾਨ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਿਉਂਦੇ ਤਿਉਂ ਬਣੇ। ਹੁਣ ਚੰਡੀਗੜ੍ਹ ਦਾ ਆਪਾਂ ਦੇਖਦੇ ਆ ਕਿ ਜੋ ਡਿਸਪਿਊਟ ਹੈ ਲੰਮੇ ਸਮੇਂ ਤੋਂ ਆਹ ਚੱਲਦਾ ਸਮੇਂ-ਸਮੇਂ 'ਤੇ ਕੁਛ ਨਾ ਕੁਛ ਐਸਾ ਹੁੰਦਾ ਰਹਿੰਦਾ ਕਿ ਚੰਡੀਗੜ੍ਹ ਦਾ ਮੁੱਦਾ ਸਾਹਮਣੇ ਆ ਕੇ ਖੜ ਜਾਂਦਾ ਲੋਕਾਂ ਦੇ ਸਿਆਸਤਾਂ ਹੁਣ ਹਰਿਆਣਾ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਹੈ ਭਾਵੇਂ ਅਲਾਈਂਸ ਦੇ ਵਿੱਚ ਹੈ ਹਰਿਆਣਾ ਚਾਹੁੰਦਾ ਕਿ ਅਸੀਂ ਵਿਧਾਨ ਸਭਾ ਦੀ ਨਵੀਂ ਇੱਕ ਇਮਾਰਤ ਘੜੀਏ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਵਿਰੋਧ ਉਸ ਦਾ ਪੰਜਾਬ ਨੇ ਤਾਂ ਵਿਰੋਧ ਕਰਨਾ ਹੀ ਹੈ ਪੰਜਾਬ ਦੇ ਨਾਲ ਹੋਰ ਸੰਸਥਾਵਾਂ ਵੀ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਕਿ ਚੰਡੀਗੜ੍ਹ ਦੇ ਲਈ ਵੀ ਆਹ ਇਹ ਨਹੀਂ ਹੈਗਾ ਜੋ ਮੰਗ ਹੈ ਭਾਜਪਾ ਦੀ ਪਰ ਜੋ ਭਾਜਪਾ ਦੀ ਮੰਗ ਹੈ ਕਿ ਅਸੀਂ ਖਾਸ ਕਰਕੇ ਹਰਿਆਣਾ ਸਰਕਾਰ ਦੀ ਕਿ ਅਸੀਂ ਨਵੀਂ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਬਣਾ ਸਕੀਏ ਦੂਜੇ ਪਾਸੇ ਵੀ ਗੱਲ ਹੈ ਕਿ ਆਰ ਜੀ ਤੌਰ ਤੇ ਵੰਡ ਵੇਲੇ ਹਰਿਆਣਾ ਨੂੰ ਰਾਸਥਾਨੀ ਉਦੋਂ ਦਿੱਤੀ ਗਈ ਸੀ ਉਸ ਤੋਂ ਬਾਅਦ ਕੋਈ ਸਥਾਈ ਹੱਲ ਨਾ ਹੋ ਸਕਿਆ ਮੁੱਦੇ ਚ ਆਉਂਦੇ ਤਿਉਹ ਬਣੇ ਹੋਏ ਨੇ ਹੁਣ ਹਰਿਆਣਾ ਦੀ ਜੋ ਆ ਮੰਗ ਹੈ ਵਿਧਾਨ ਸਭਾ ਦੀ ਬਾਜਬ ਹੈ ਕਾਨੂੰਨੀ ਦਾਇਰੇ ਦੇ ਵਿੱਚ ਆਉਂਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਮੈਨੂੰ ਦੇਖੋ ਗੱਲ ਇਹ ਹੈ ਗੁਰਜਿੰਦਰ ਜੀ ਵੀ ਇਹ ਜਿਹੜੀ ਸਰਕਾਰਾਂ ਨੇ ਕੇਂਦਰ ਦੀ ਆ ਜਾਂ ਹਰਿਆਣੇ ਦੀ ਬੀਜੇਪੀ ਸਰਕਾਰ ਆ ਜਾਂ ਪਹਿਲੀਆਂ ਸਰਕਾਰਾਂ ਨੇ ਇਹ ਸੂਨ ਖੜੀ ਰੱਖਣਾ ਚਾਹੁੰਦੀਆਂ ਨੇ ਪੰਜਾਬੀ ਦਾ ਇਕਾਖਾਨ ਹੈ ਸੂਨ ਖੜੀ ਰੱਖ ਕੇ ਕੋਈ ਨਾ ਕੋਈ ਕੋਈ ਨਾ ਕੋਈ ਰੋਜ਼ ਕੋਈ ਨਾ ਕੋਈ ਔਕ ਦਿੰਦੀਆਂ ਰਹਿੰਦੀਆਂ ਨੇ ਕੋਈ ਨਾ ਕੋਈ ਤੁਖਣੇ ਦਿੰਦੀਆਂ ਰਹਿੰਦੀਆਂ ਨੇ ਜਿਹਦੇ ਵਿੱਚ ਕਦੇ ਹਰਿਆਣਾ ਕਹਿੰਦਾ ਵੀ ਸਾਡੀ ਅਸੀਂ ਵਿਧਾਨ ਸਭਾ ਵੱਖਰੀ ਬਣਾਉਣੀ ਆ ਕੱਲ ਨੂੰ ਕਹਿੰਗੇ ਸੀ ਸੈਕਟੇਟ ਵੱਖਰੀ ਬਣਾਉਣੀ ਆ ਪਰਸੋਂ ਕਹਣਗੇ ਸਾਡਾ 40% ਅਸੀਂ ਇੱਥੇ ਆਪਦੇ ਹਿੱਸੇ 'ਚ ਲਾਈਨ ਖਿੱਚ ਕੇ ਅਸੀਂ ਇਹ ਕਰਨਾ ਹੈ ਕਿਹੜੀ ਕਿਹੜੀ ਚੀਜ਼ ਦਾ ਵੱਖਰਾ ਬਣਾਉਣਗੇ ਇਹ ਹਰਿਆਣਾ ਦੇ ਜਿਹੜੇ ਖੱਟਰ ਸਾਹਿਬ ਇਹੋ ਜਿਹੇ ਬਿਆਨ ਦਿੰਦੇ ਨੇ ਜਿਵੇਂ ਪਹਿਲਾਂ ਬਿਆਨ ਦਿੱਤਾ ਸੀ ਕਿ ਜੀ ਸਾਡਾ ਤਾਂ ਤੁਸੀਂ ਕਿਸਾਨਾਂ ਦੇ ਕੱਪੜੇ ਪਾ ਕੇ ਜਾ ਕੇ ਸਿਰ ਪਾੜ ਦਿਓ ਪਿੱਛੋਂ ਫਿਰ ਭੱਜ ਗਏ ਸੀ ਫੇਰ ਨਹੀਂ 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 ਮਾਇ ਨਹੀਂ ਕਿਹਾ ਮੇਰਾ ਮਤਰਵਾਨੀ ਮੇਰਾ ਮਤਰਵਾਨੀ ਇਹ ਖਟੜ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਨਾ ਸਿਰਫ ਇੱਕ ਹਿੰਦੂ ਬਾਦ ਸਿਰ ਨੂੰ ਚੜਿਆ ਹੋਇਆ ਹੈ ਇਹ ਕੋਈ ਅਸੂਲ ਨਿਯਮ ਕਿਸੇ ਗੱਲ ਦੀ ਗੱਲ ਨਹੀਂ ਕਰਦੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਇੱਕ 11 ਛੜ ਦੇ ਕਾਨੂੰਨ ਨੂੰ ਤੋੜ ਸਕਦੇ ਹੋ ਤੁਹਾਡੇ ਕੋਲ ਪਾਵਰ ਹੈਗੀ ਹੈ ਨੰਬਰ 2 ਤੁਸੀਂ ਕਹਿੰਦੇ ਅਸੀਂ ਵਿਧਾਨ ਸਭਾ ਵੱਖਰੀ ਬਣਾਣੀ ਹੈ ਤੇ ਸੈਕਟੋਰ ਦਾ ਕੀ ਕਰੋਗੇ ਸੈਕਟੋਰ 'ਚ ਵੀ 40% ਵਾਲਾ ਜਿਹੜਾ ਉਹਨਾਂ ਦੇ ਬੈਠੇ ਨੇ ਤੀਜੀ ਗੱਲ ਜਿਹੜੇ ਚੰਡੀਗੜ੍ਹ ਦੇ ਵਿੱਚ ਮਕਾਨ ਹਰਿਆਣੇ ਦੀ ਬਿਊਰੋਕ੍ਰੇਸੀ ਨੂੰ ਮਿਲੇ ਹੋਏ ਨੇ ਪੰਜਾਬ ਦੀ ਨੂੰ ਵੀ ਉਹਦਾ ਕੀ ਕਰੋਗੇ ਉਹ ਵੀ ਤਾਂ ਸਾਨੂੰ ਮਿਲੇ ਹੋਏ ਨੇ ਗੈਸਟ ਹਾਊਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਯੂਟੀ ਦੇ ਵਿੱਚ ਹਰਿਆਣੇ ਦੇ ਵਿੱਚ ਠਹਿਰਦੇ ਨੇ ਪੰਜਾਬ ਦੇ ਵਿੱਚ ਠਹਿਰਦੇ ਨੇ ਫਿਰ ਉਹਨੂੰ ਵੀ ਵੰਡੋਂਗੇ ਤੁਸੀਂ ਕਿਹੜੀ ਕਿਹੜੀ ਚੀਜ਼ ਵੰਡੋਂਗੇ ਤੁਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਵੀ ਫਿਰ ਵੰਡੋਂਗੇ ਦੋ ਕੋਟਾ ਮੜਾਉਣੀਆਂ ਪੈਣਗੀਆਂ ਇਸ ਕਰਕੇ ਜਿੰਨਾ ਚਿਰ ਇਹ ਚੰਡੀਗੜ੍ਹ ਦਾ ਇਹ ਜਾਣਬੁੱਝ ਕੇ ਰੱਖਿਆ ਹੋਇਆ ਹੈ ਇਹ ਪੰਜਾਬ ਨੂੰ ਤੁਖਨੇ ਦੇਣ ਦੀ ਗੱਲ ਹੈ ਚੰਡੀਗੜ੍ਹ ਪੰਜਾਬ ਦਾ ਸਾਰੀਆਂ ਸੰਸਥਾਵਾਂ ਪੰਜਾਬ ਦੀਆਂ ਨੇ ਪੰਜਾਬ ਵਾਸਤੇ ਬਣੀਆਂ ਸੀ ਹਰਿਆਣਾ ਵੱਖਰਾ ਨਵਾਂ ਰਾਜ ਬਣ ਗਿਆ ਉਹ ਆਪਦਾ ਸਭ ਕੁਝ ਪੰਚਕੁੱਲੇ ਜਿੱਥੇ ਮਰਜ਼ੀ ਬਣਾਵੇ ਇਹ ਉਹਦਾ ਕੰਮ ਹੈ ਕੇਂਦਰ ਦਾ ਕੰਮ ਸੀ ਉਹਨੂੰ ਪੈਸੇ ਦੇਣੇ ਨਵਾਂ ਰਾਜ ਵੱਖਰਾ ਬਣਿਆ ਸੀ ਉਹਨੂੰ ਕੁਝ ਪੈਸੇ ਦਿੰਦੇ ਮੀਤ ਭਾਦਲਾ ਭਾਈ ਤੁਸੀਂ ਆਪਦਾ ਬਣਾ ਲਓ ਸੈਕਟਰੀਟ ਵੀ ਬਣਾ ਲਓ ਆਪਦੀ ਵਿਧਾਨ ਸਭਾ ਵੀ ਬਣਾ ਲਓ ਆਪਦੀ ਹਾਈ ਕੋਰਟ ਵੀ ਬਣਾ ਲਓ ਕੇਂਦਰ ਨੇ ਜਾਣਬੁੱਝ ਕੇ ਇਹ ਤਾਂ ਕਿ ਐਸਟਰਾ ਵੀ ਯੂਨੀਵਰਸਿਟੀ ਵੀ ਬਣਾ ਲਓ ਯੂਨੀਵਰਸਿਟੀ ਤਾਂ ਉਹਨਾਂ ਨੇ ਬਣਾਈ ਹੀ ਨਹੀਂ ਆ ਉਹ ਪੰਜਾਬ ਯੂਨੀਵਰਸਿਟੀ ਦੇ ਵੀ ਇਦਾਂ ਦਾ ਕੇਂਦਰ ਕੋਈ ਨਾ ਕੋਈ ਬਹਾਨਾ ਲਾਉਂਦਾ ਸੋ ਅੱਜ ਜਿਹੜਾ ਕੇਂਦਰ ਕਰ ਰਿਹਾ ਤੇ ਜਿਹੜਾ ਖੱਟੜ ਸਾਹਵ ਕਰ ਰਹੇ ਨੇ ਸਾਰਾ ਕੁਝ ਉਹਦੀ ਸ਼ਹਿਤ ਕਰ ਰਿਹਾ ਨਹੀਂ ਤਾਂ ਚੰਡੀਗੜ੍ਹ ਦੇ ਵਿੱਚੋਂ ਬਹੁਤ ਸਾਰੇ ਦਫ਼ਤਰ ਜਿਹੜੇ ਨੇ ਇਹ ਹਰਿਆਣਾ ਆਪਦੇ ਪੰਚਕੂਲੇ ਚ ਬਹਿ ਗਿਆ ਤੇ ਬਾਕੀ ਵੀ ਲੈ ਜਾਣ ਬਾਕੀ ਦਫ਼ਤਰਾਂ ਨਾਲ ਇੱਥੇ ਕੋਈ ਜ਼ਰੂਰੀ ਹੈ ਇਹਨਾਂ ਦਾ ਚੰਡੀਗੜ੍ਹ ਚ ਰੱਖਣਾ ਸੋ ਦੂਜੀ ਗੱਲ ਇਹਨੇ ਯੂਨੀਵਰਸਿਟੀ ਨੂੰ ਆਪ ਦੇ ਕਾਲਜ ਜੀ ਡਿਸੈਫੀਲੀਏਟ ਕਰ ਲਏ ਸਾਰੇ ਸਾਰੇ ਹਰਿਆਣੇ ਨੇ ਜਿਵੇਂ ਕਾਲਜ ਜੀ ਡੀਸੀ ਅਫੀਲੀਏਟ ਕਰ ਲਏ ਯੂਨੀਵਰਸਿਟੀ ਦਾ ਵੀ ਖੜਾ ਛੱਡਣਾ ਵਿਧਾਨ ਸਭਾ ਦੇ ਆਪ ਦੇ ਆਪ ਦਾ ਉੱਥੇ ਆਪ ਦੇ ਆਪ ਨੂੰ ਸੈਕਟਰੀਟ ਨੂੰ ਵੀ ਡਿਸੈਫੀਲੀਏਟ ਕਰ ਰਹੈ ਨਾ ਵੀ ਅਸੀਂ ਚਾਹੀ ਸੈਕਟਰੀਟ 'ਚ ਬਹਿਣਾ ਹੀ ਨਹੀਂ ਅਸੀਂ ਤਾਂ ਆਪਦੀ ਬਣਾਵਾਂਗੇ ਪੰਚਕੁੱਲੇ 'ਚ ਬਥੇਲੀ ਜਗ੍ਹਾ ਪੰਚਕੁੱਲੇ 'ਚ ਨਾ ਦੀ ਸੋ ਇਸ ਕਰਕੇ ਇਹ ਜਿਹੜਾ ਤਾਪ ਤਰੀਕਾ ਹੈ ਇਹ 1 11 96 ਪੰਜਾਬ ਪੁਨਰਗਠਨ ਕਾਨੂੰਨ ਜਿਹੜਾ ਬਣਿਆ ਉਗੂਦਿਆਂ ਵੱਖ-ਵੱਖ ਧਾਰਾਵਾਂ ਦੀ ਵੀ ਉਲਟ ਹੈ ਇਹ ਜੋ ਮਰਿਆਦਾ ਤੈ ਕੀਤੀ ਗਈ ਕੰਮ ਦੀ ਉਹਦੇ ਵੀ ਉਲਟ ਹੈ ਜਿਹੜੇ ਨਿਯਮ ਕਾਨੂੰਨ ਬਣਾਏ ਗਏ ਉਸ ਤੋਂ ਬਾਅਦ ਉਹਦੇ ਵੀ ਉਲਟ ਹੈ ਹਰਿਆਣੇ ਨੇ ਆਪਦਾ ਬਿਜਲੀ ਬੋਰਡ ਵੱਖਰਾ ਬਣਾਇਆ ਹੀ ਹੈ ਨਾ ਬਿਜਲੀ ਬੋਰਡ ਵੱਖਰਾ ਕਦੋਂ ਬਣਾਇਆ ਫਿਰ ਬਿਜਲੀ ਬੋਰਡ ਵੱਖਰਾ ਬਣਾਇਆ ਹੈ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇਹ ਵੀ ਸੰਜੀਉ ਸੀ ਉਹਨਾਂ ਨੇ ਆਪਣੀ ਖਸਾਰ ਐਗਰੀਕਲਚਰ ਯੂਨੀਵਰਸਿਟੀ ਬਣਾਈ ਉਹ ਵੀ ਵੱਖਰਾ ਕਰ ਲਿਆ ਜੇ ਜਿਹੜਾ ਕੁਛ ਉਹਨਾਂ ਨੇ ਆਪ ਦਾ ਐਗਰੀਕਲਚਰ ਯੂਨੀਵਰਸਿਟੀ ਬਣਾ ਕੇ ਵੱਖਰਾ ਕਰ ਦਿਆ ਕਾਲਜ ਵੱਖਰੇ ਲੈ ਕੇ ਵੱਖਰਾ ਕਰ ਦਿਆ ਆਪ ਦਾ ਸਕੂਲ এডਿਕੇਸ਼ਨ ਬੋਰਡ ਵੱਖਰਾ ਬਣਾ ਲਿਆ ਆਪ ਦੀ ਸਿਵਲ ਸਰਵਿਸ ਰੂਲ ਜਿਹੜੇ ਕਿ ਪਹਿਲਾਂ ਪੰਜਾਬ ਸਿਵਲ ਸਰਵਿਸ ਰੂਲ ਦੇ ਡਾਗ ਹੁੰਦੇ ਸੀ ਉਹਨਾਂ ਤੇ ਉਹ ਉਹਨਾਂ ਨੇ ਬਦਲ ਕੇ 2016 ਦੇ ਡਾਗੇ ਚਾਗੇ ਹਰਿਆਣਾ ਸਿਵਲ ਸਰਵਿਸ ਰੂਲ ਬਣਾ ਲੇ ਹਾਲਾਂਕਿ ਹੁਣ ਵੀ ਉਹਨਾਂ ਨੂੰ ਕਹਿੰਦੇ ਪੰਜਾਬ ਸਿਵਲ ਸਰਵਿਸ ਰੂਲ ਦੀ ਨੇ ਪਰ ਐਜ਼ ਫਰੇਮਡ ਵਾਈ ਹਰਿਆਣਾ ਲਿਖ ਦਿੰਦੇ ਨੇ ਨਾਲ ਉਹ ਵੀ ਰੂਲ ਉਹਨਾਂ ਨੇ ਆਪਦੇ ਬਣਾ ਲਏ ਉਹਨਾਂ ਦੀਆਂ ਸੇਵਾ ਸ਼ਰਤਾਂ ਉਹਨਾਂ ਦਾ ਸਭ ਕੁਝ ਵੱਖਰਾ ਹੋ ਗਿਆ ਜੇ ਜੇ ਉਹਨਾਂ ਦਾ ਬਿਜਲੀ ਬੋਰਡ ਵੱਖਰਾ ਹੈ ਸਕੂਲ ਐਜੂਕੇਸ਼ਨ ਬੋਰਡ ਵੱਖਰਾ ਹੈ ਯੂਨੀਵਰਸਿਟੀਆਂ ਵੱਖਰੀਆਂ ਨੇ ਕਾਲ ਜੋ ਉਹਨਾਂ ਨੇ ਵੱਖਰੇ ਕਰ ਲਏ ਨੇ ਐਗਰੀਕਲਚਰ ਯੂਨੀਵਰਸਿਟੀ ਵੱਖਰੀ ਹੈ ਤਾਂ ਫਿਰ ਉਹਨਾਂ ਨੂੰ ਆਪਦੀ ਵੱਖਰੀ ਸੈਕਟਿਏਟ ਵੱਖਰੀ ਵਿਧਾਨ ਸਭਾ ਤੇ ਵੱਖਰੀ ਹਾਈ ਕੋਰਟ ਪੰਚਕੁੱਲੇ ਦੇ ਵਿੱਚ ਬਣਾਉਣਾ ਕੌਣ ਰੋਕਦਾ ਕਿਉਂਕਿ ਸਾਰੀਆਂ ਸੰਸਦਾਂ ਇਹਨਾਂ ਨੇ ਪੰਚਕੁੱਲੇ ਦੀਆਂ ਹੀ ਬਣਾਈਆਂ ਨੇ ਉੱਥੇ ਹੀ ਹੋੜ ਬਣਾ ਲੈਣ ਇਤਕੋ ਨਹੀਂ ਰੋਪਦਾ ਇਹ ਜਾਣ ਬੁੱਝ ਕੇ ਖਰਾਬ ਕਰਨ ਦੀ ਗੱਲ ਹੈ ਰੌਲਾ ਪਾਉਣ ਦੀ ਗੱਲ ਹੈ ਪੰਜਾਬ ਤੇ ਹਰਿਆਣੇ ਦੀ ਜੋ ਕਿਸਾਨ ਨੇ ਅਸਲ ਚ ਲੋਕਾਂ ਨੂੰ ਜੋੜ ਕੇ ਨਹੀਂ ਦੇਖਦੇ ਲੋਕ ਜਿਹੜੇ ਵੱਡੇ ਬੁੱਧੀਜੀਵੀ ਕਹਾਉਂਦੇ ਨੇ ਜਿਹੜੇ ਸਿਆਸਦਾਨ ਵੀ ਕਹਾਉਂਦੇ ਨੇ ਆ ਇਹ ਸਭ ਸੇ ਰਿਟਾਇਰ ਹੋ ਕੇ ਬੀਜੇਪੀ ਚ ਧਰ ਰਹੇ ਨੇ ਕਈਆਂ ਨੇ ਆਪਣੀਆਂ ਪਾਰਟੀਆਂ ਬਣਾਈਆਂ ਫਿਰ ਬੀਜੇਪੀ ਧਰ ਰਹੇ ਹੈਗੇ ਵੀ ਸ਼ੈਡੂ ਕਾਸਟ ਉਹ ਸ਼ੈਡੂ ਕਾਸਟਾਂ ਦਾ ਆਪਾਂ ਨੂੰ ਪਤਾ ਹੀ ਹੈ ਬੀਜੇਪੀ ਜੋ ਵਿਚਾਰ ਰਹੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਪੰਜਾਬ ਦੇ ਕਾਂਗਰਸੀ ਡਰ ਰਹੇ ਨੇ ਕਿਉਂਕਿ ਉਹ ਈਡੀ ਤੋਂ ਡਰਦੇ ਨੇ ਉਹ ਈਡੀ ਦੇ ਡਰ ਦੇ ਵਿੱਚ ਸਭ ਕੁਝ ਕਰੀ ਜਾਂਦੇ ਨੇ ਵੀ ਚਲੋ ਜੇ ਭੱਜੋ ਕਿਤੇ ਸਾਡੇ ਉੱਤੇ ਨਾ ਕੋਈ ਛਾਪਾ ਮਾਰ ਦੇ ਕੇ ਅੰਦਰ ਇਧਰੋਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਾਂਗਰਸ ਸਰਕਾਰ ਚ ਅਦਾਲੀਆਂ ਦੀ ਸਰਕਾਰ ਜੋ ਠੱਗੀ ਛੋੜੀ ਹੋਈ ਹੈ ਉਹਦੇ ਉੱਤੇ ਜੋ ਕੁਝ ਕਰ ਰਹੇ ਨੇ ਅਲਾਈਡ ਠੱਗੀ ਠੋੜੀ ਆ ਉਹ ਕਹਿੰਦੇ ਨੇ ਇਹ ਠੱਗੀ ਠੋੜੀ ਹੋਈ ਆ ਹੋਈ ਆ ਜਾਂ ਨਹੀਂ ਹੋਈ ਇਹ ਤਾਂ ਮੌਕਾ ਹੀ ਦੱਸੇਗਾ ਇਹ ਤਾਂ ਉਹਨਾਂ ਨੇ ਦੋਸ਼ ਲਗਾ ਰਹੇ ਨੇ ਉਸ ਦੋਸ਼ ਦੇਟਾ ਹੈ ਤੇ ਡਰ ਰਹੇ ਨੇ ਅਗਲੇ ਉਹ ਦੱਸ ਰਹੇ ਨੇ ਵੀ ਆ ਦੇਖ ਲੋ ਜਾਂ ਪਿਆ ਹੈ ਪੈਨੀ ਰਿਪੋਰਟਰਾਂ ਹੁੰਜਾਂ ਨੇ ਬਹੁਤ ਸਾਰੀਆਂ ਸੋ ਇਹ ਜਿਹੜਾ ਕੁਛ ਅੱਜ ਹੋ ਰਿਹਾ ਇਹ ਸਾਰੇ ਚਾਹੇ ਉਹ ਅਗਨੀ ਬੀਜ ਭਰਤੀ ਕਰਨ ਦੀ ਗੱਲ ਆਗਨੀ ਪਰਥ ਯੋਜਨਾ ਹੈ ਇਹ ਸਾਰਾ ਪੰਜਾਬ ਨੂੰ ਖਰਾਬ ਕਰਨ ਦੀ ਗੱਲ ਹੈ ਕਿਉਂ ਪੰਜਾਬ ਤੇ ਹਮਲਾ ਹੈ ਅੱਜ ਖਾਲਸਾਣ ਦੇ ਨਾਰੇ ਲਾਉਣੇ ਖਾਲਸਾਣ ਦਾ ਲਿਖਿਆ ਜਾਣਾ ਸਿਕਸ ਫਾਰ ਜਸਟਿਸ ਉਹਨੂੰ ਮਾਤਾ ਕਾਲੀ ਦੇਵੀ ਦੇ ਮੰਦਿਰ ਦੇ ਉੱਤੇ ਵਿਖਿਆ ਜਾਣਾ ਸੰਗਰੂਰ ਦੇ ਵਿੱਚ ਇਹ ਸਾਰੇ ਦਾ ਸਾਰਾ ਪੰਜਾਬ ਨੂੰ ਬਗਦੀ ਦੇ ਬੁੱਥੇ ਚ ਦੇਂਦਾ ਹੈ ਪੰਜਾਬ ਦੇ ਹੱਕ ਖੋਣ ਦਾ ਤੋ ਤਰੀਕਾ ਹੈ ਔਰ ਇਹ ਹੁਣ ਹੀ ਕਿਉਂ ਇਨਐਕਟਿਵ ਹੋ ਗਿਆ ਮਿਸਟਰ ਪਨੂ ਜਦ ਕੇ ਪਹਿਲਾਂ ਉਹਦਾ ਤਾਂ ਹੋਇਆ ਹੀ ਨਹੀਂ ਸੀ ਉਹਦਾ ਰੈਫਰੈਂਡਮ ਦਾ ਪਨੋ ਪਤਾ ਹੈ ਹਾਲ ਕੀ ਸੀ ਇਹ ਸਾਰਾ ਕੁਝ ਹੋ ਹੀ ਤਾ ਰਿਹਾ ਹੈ ਚਾਹੇ 50 ਕਿਲੋਮੀਟਰ ਤੱਕ ਬੀਐਸਐਫ ਲਾਉਣ ਦੀ ਗੱਲ ਹੋਈ ਚਾਹੇ ਇੱਥੇ ਡਰੋਨ ਆਉਣ ਦੀ ਗੱਲ ਹੋਈ ਚਾਹੇ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਨਿਯਮ ਲਾਗੂ ਕਰਨ ਦੀ ਗੱਲ ਹੋਈ ਚਾਹੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਠੇਰਾ ਪਾਇਆ ਗਿਆ ਚਾਹੇ ਸਿਲੇਬਸ ਦੇ ਅੰਦਰ ਪੰਜਾਬੀ ਨੂੰ ਗੌਣ ਵਿਸ਼ਾ ਬਣਾਇਆ ਗਿਆ ਇਹ ਸਾਰਾ ਕੁਝ ਇਸ ਗੱਲ ਦੇ ਅਲੱਗ-ਅਲੱਗ ਹੁੰਦਾ ਹੈ ਕਿ ਕਿਸਾਨਾਂ ਦੋਨੋਂ ਉੱਠਿਆ ਪੰਜਾਬ ਚੋਂ ਥੀ ਅਰੋਧਨ ਹਰਿਆਣਾ ਜੁੜ ਗਿਆ ਉਹਦਾ ਯੂਪੀ ਜੁੜ ਗਈ ਉਹਨਾਂ ਰਾਜਸਥਾਨ ਜੁੜ ਗਿਆ ਉਹਨਾਂ ਪੂਰਾ ਭਾਰਤ ਜੁੜ ਗਿਆ ਉਹਨੇ 380 ਦਿਨ ਉੱਤੇ ਬੈਠਣਾ ਪਿਆ ਇਹਨਾਂ ਨੇ ਸਾਰੇ ਹੱਦੇ ਵਰਤਦੇ ਉਹ ਬੂਥ ਦਵਾਈ ਇਹ ਵੱਡੇ ਹੁਕਮਰਾਨ ਦੀ ਜਿਹੜਾ ਹੁਕਮਰਾਨ ਦੇ ਸਾਹਮਣੇ ਕੋਈ ਅੱਖ ਨਹੀਂ ਚੁੱਕ ਸਕਦਾ ਨਾ ਆਉਦੀ ਪਾਰਟੀ ਦਾ ਨਾ ਵਿਰੋਧੀ ਉਹਦਾ ਉਲੀ ਬੂਸ ਲਾ ਗਈ ਉਹਨੇ ਸੋਚਿਆ ਵੀ ਹੁਣ ਪੰਜਾਬ ਨੂੰ ਤੋੜੋ ਹੋਰ ਕੋਈ ਤਰੀਕਾ ਨਹੀਂ ਇੱਕੋ ਹੀ ਗੱਲ ਹੈ ਵੀ ਪੰਜਾਬ ਨੂੰ ਖਤਮ ਕਰੋ ਜਿਵੇਂ ਅੰਗਰੇਜ਼ ਨੇ 1919 13 ਅਪ੍ਰੈਲ 1919 ਦੇ ਸਾਕੇ ਤੋਂ ਬਾਅਦ ਜਲਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਇਹ ਫੈਸਲਾ ਕਰ ਲਿਆ ਵੀ ਇਹਨਾਂ ਨੂੰ ਫਿਲਕਾ ਪ੍ਰਸਥਨੀਆਂ ਤੇ ਵੰਡਿਆ ਜਾਵੇ ਕਿ ਇੱਕ ਪਾਸੇ ਜਮਾਤ-ਏ-ਇਸਲਾਮੀ ਬਣਵਾ ਲਈ ਇੱਕ ਪਾਸੇ ਆਰਐਸਐਸ ਬਣਵਾਇਆ ਹਿੰਦੂ ਮਹਾਸਭਾ ਹੈ ਗਈ ਸੀ ਤੇ ਸਿੱਖੋ ਦੇ ਟੇਟੇ ਨਹੀਂ ਚਲੇ ਤਾਂ ਕੁਝ ਸਿੱਖ ਸੰਤਾਂ ਨੂੰ ਕੁੱਝ ਜੁੜ ਆ ਕੇ ਜਿਵੇਂ ਕਿ ਦੋਸ਼ ਲਗਾਏ ਜਾ ਰਹੇ ਨੇ ਕੁਝ ਹੱਦ ਤੱਕ ਉਹ ਗੰਦਾ ਠੀਕ ਵੀ ਸਾਬਤ ਹੁੰਦੀਆਂ ਨੇ ਉਹਨਾਂ ਨੂੰ ਲਿਆ ਕੇ ਕਰਾਇਆ ਕੇ ਵੀ ਤੁਸੀਂ ਹੁਣ ਜਿਹੜਾ ਤੁਹਾਡਾ ਆਪਦੇ ਸਵਾਇ ਨੰਨ ਦਾ ਹੱਕ ਹੈ ਜਿਹੜਾ ਘਾਲ ਖਾ ਕੇ ਚਾਹਤੋਂ ਦੇ ਦਾ ਤੁਹਾਡਾ ਰੂਲ ਹੈ ਇਹਨੂੰ ਛੱਡੋ ਹੁਣ ਤੁਸੀਂ ਸਿਰਫ ਬ੍ਰਾਹਮਣਵਾਦ ਚ ਪਾਓ ਪੂਜਾ ਪਾਠ ਕਰੋ ਆਪਣਾ ਕੀਰਤਨ ਕਰੋ ਤੁਹਾਡਾ ਹੋਰ ਕੋਈ ਕੰਮ ਨਹੀਂ ਹੈ ਕਾਸ ਵਿਸ਼ੇਸ਼ ਕਿਸਮ ਦੇ ਚੋਗੇ ਪੈਨੋ ਵਿਸ਼ੇਸ਼ ਕਿਸਮ ਦੀ ਆਪਦੀ ਵੇਚ ਪੂਛਾ ਬਣਾਓ ਤੁਸੀਂ ਸਿੱਖੀ ਦਾ ਸਰੂਪ ਰੱਖਦੇ ਹੋਏ ਸਿੱਖੀ ਦੇ ਵਿੱਚ ਰਲ ਆ ਕਰੋ ਉਹ ਹੁੰਦਾ ਰਿਹਾ ਉਹ ਜਿਹੜੇ ਗਿਆਨ ਪ੍ਰਾਪਤ ਕਰਨ ਦਾ ਤਰੀਕਾ ਸੀ ਉਹ ਮੁੜ ਕੇ ਉਹ ਲੋਗ ਬਣ ਗਏ ਜਗ ਗਿਆਨੀ ਬਿਰਦਾਚਾਰੀ ਜਗ ਪੰਥ ਬਿਰਦਾਚਾਰੀ ਆ ਦੀ ਗੱਲ ਉਹ ਲੋਗ ਬਣ ਗਏ ਜਿਹੜੇ ਰਾਜਸੀ ਮੁਕੱਦਮੇ ਉੱਤੇ ਜਾਏ ਜਗਾਂ ਬੈਠੇ ਸੁੱਤੇਆਂ ਦੇ ਨਾਲ ਰੜ ਗਏ ਉਹ ਲੋਗ ਬਣ ਗਏ ਜਿਹੜੇ ਇਹ ਕਹਿਣ ਲੱਗੇ ਵਿਦਕੋਏ ਤਾਂ ਸਾਰਾ ਝੂਠ ਹੈ ਦੁਨੀਆ ਦੇ ਵਿੱਚ ਇਹ ਆ ਵਿਚੋਈ ਤੇ ਤੁੱਕ ਕੱਢ ਕੇ ਗੁਰੂ ਗ੍ਰੰਥ ਸਾਹਿਬ ਦੀ ਆਪਦੇ ਤਰੀਕੇ ਨਾਲ ਪੇਸ਼ ਕਰਨ ਲੱਗੇ ਜਿਦੇ ਵਿੱਚੋਂ ਬਹੁਤ ਸਾਰੇ ਪੜ੍ਹੇ ਲਿਖੇ ਵੀ ਸ਼ਾਮਲ ਸੀ ਅਨਪੜ੍ਹੇ ਵੀ ਸ਼ਾਮਲ ਸੀ ਉਹਨਾਂ ਨੇ ਆਪਣਾ ਫਲਾ ਤੌ ਤਰੀਕਾ ਬਣਾ ਲਿਆ ਤਾਂ ਕਿ ਆਜ਼ਾਦੀ ਦੀ ਲੜਾਈ ਮੱਠੀ ਪਵੇ ਸਿੱਖੋ ਦੇ ਵਿੱਚ ਬਹੁਤਾ ਹਿੱਸਾ ਨਾ ਲੈ ਸਕਣ ਫਿਰ ਵੀ ਉਹ ਸਿੱਖਾਂ ਨੂੰ ਰੋਕ ਨਹੀਂ ਸਕੇ ਗਦਰੀ ਬਾਬੇ ਬਾਬਰ ਅਕਾਲੀ ਭਗਤ ਸਰਾਬੇ ਰਾਜਗੁਰੂ ਸਖਦੇਵ ਸ਼ਹੀਦ ਉਧਮ ਸਿੰਘ ਇਨਾਂ ਨੇ ਰੋਕ ਨਹੀਂ ਸਕੇ ਆਜ਼ਾਦੀ ਦੀ ਲਹਿਰ ਉਦੋਂ ਹੀ ਪ੍ਰਚੰਡ ਰਹੀ ਪੰਜਾਬ ਦੇ ਵਿੱਚ ਔਰ ਪੰਜਾਬ ਨੇ ਹੀ 90 ਸਾਲ ਬਾਅਦ ਅੰਗਰੇਜ਼ ਨੂੰ ਕੱਢਦਾ ਜਦ ਕਿ ਪਹਿਲਾਂ ਬਾਕੀ ਭਾਰਤ ਦੇ ਉੱਤੇ ਅੰਗਰੇਜ਼ ਨੇ 2500 ਸਾਲ ਰਾਜ ਕੀਤਾ ਪੰਜਾਬ ਦੇ ਉੱਤੇ ਸਿਰਫ 90 ਸਾਲ ਇਹ ਗੱਲ ਨੂੰ ਸਾਨੂੰ ਸਮਝੜਣੀ ਚਾਹੀਦੀ ਹੈ ਤੇ ਜਿੰਨਾ ਚਿਰ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਕਿ 2500 ਸਾਲ ਤੇ 90 ਸਾਲ ਦਾ ਕਿੰਨਾ ਵੱਡਾ ਫਰਕ ਹੁੰਦਾ ਹੈ ਉਹ ਪੰਜਾਬੀਆਂ ਨੇ ਕਰਿਆ ਹੁਣ ਵੀ ਇਹਨਾਂ ਨੂੰ ਇਸ ਕਰਕੇ ਪੰਜਾਬ ਨੂੰ ਵੰਡਿਆ ਗਿਆ ਇੱਕ ਪਾਸੇ ਪਾਕਿਸਤਾਨ ਬਣਾਤਾ ਲੰਦਾ ਪੰਜਾਬ ਨਾ ਤੇ ਕਿ ਪਾਸੇ ਚੜਦਾ ਪੰਜਾਬ ਨਾ ਤਾਂ ਦੋ ਬੱਕਰੇ ਬੱਕਰੇ ਕਰਦੇ ਫੇਰ ਪੰਜਾਬ ਚ ਹਰਿਆਣੇ ਨੂੰ ਵੰਡਿਆ ਗਿਆ ਭਾਵੇਂ ਕਿ ਪੰਜਾਬ ਦੇ ਅਕਾਲੀਆਂ ਦੀ ਇਹ ਸ਼ਰਾਰਤ ਸੀ ਅਕਾਲੀਆਂ ਦੀ ਇਹ ਇੱਛਾ ਸੀ ਕਿਉਂਕਿ ਉਹਨਾਂ ਨਾਲ ਰਹਿ ਸੀ ਸਿੱਖ ਮੈਜੋਰਟੀ ਸਟੇਟ ਅਸੀਂ ਡਾ ਲਈਏ ਅਸੀਂ ਆਪ ਦਾ ਰਾਜ ਕਰ ਲਾਂਗੇ ਉਹ ਰਾਜ ਤਾਂ ਜਰੂਰ ਕਰਦੇ ਰਹੇ ਨੇ ਅਕਾਲੀ ਪਰ ਉਹ ਵੀ ਕਾਂਗਰਸੀ ਵੀ ਵਿੱਚ ਹੀ ਆਉਂਦੇ ਰਹੇ ਗਵਰਨਰ ਰੂਲ ਵੀ ਲੱਗਦਾ ਰਿਹਾ ਉਸ ਠੀਕ ਇਹਨਾਂ ਨੂੰ ਰਾਜ ਨਹੀਂ ਕਰ ਸਕਿਆ ਜਾਇਦਾਬ ਜਰੂਰ ਬਣਾ ਗਿਆ ਆਪਦੀ ਆਪਦੇ ਪਰਿਵਾਰ ਨੂੰ ਜਰੂਰ ਅੱਗੇ ਵਧਾ ਗਏ ਸੋ ਇਸ ਕਰਕੇ ਪੰਜਾਬ ਦਾ ਕੁੰਡਾ ਇਹਨਾਂ ਸਾਰਿਆਂ ਨੇ ਰਲ ਕੇ ਕਰਿਆ ਕਿਉਂਕਿ ਇਹ ਆਪਦੇ ਨਾਲ ਚਾਂਚ ਪੈ ਗ ਤੇ ਇਹ ਜਿਹੜਾ ਪੰਜਾਬ ਨੇ ਪੰਜਾਬ ਦੀ ਕਿਸਾਨੀ ਨੇ ਏਕਾ ਰੱਖ ਕੇ ਯੂਥ ਨੂੰ ਨਾਲ ਲਾ ਕੇ ਨਸ਼ੇ ਉੱਥੇ ਕੋਈ ਨਸ਼ੇ ਨਹੀਂ ਹੋਏ ਉੱਥੇ ਕੋਈ ਕਰੋਨਾ ਦਾ ਡਰ ਨਹੀਂ ਹੋਇਆ ਜਿਹੜਾ ਕਰੋਨਾ ਦੀ ਦਹਿਸ਼ਤ ਪਾਈ ਹੋਈ ਸੀ ਉਹ ਤੋੜੀ ਏ ਪੰਜਾਬ ਦੇ ਕਿਸਾਨ ਨੇ ਮੋਦੀ ਸਾਹਿਬ ਦੀ ਜਿਹੜੀ ਅਮੰਤ ਸ਼ਾਦੀ ਦਹਿਸ਼ਤੀ ਉਹ ਵੀ ਤੋੜੀ ਪੰਜਾਬ ਦੇ ਕਿਸਾਨ ਨੇ ਜਿਹੜੀ ਤੋੜਪੰਨੀਆਂ ਕਾਰਵਾਈਆਂ ਨੇ ਉਹ ਵੀ ਤੋੜੀਆਂ ਪੰਜਾਬ ਦੇ ਕਿਸਾਨ ਨੇ ਤਾਂ ਉਹਨਾਂ ਨੇ ਸੋਚਿਆ ਵੀ ਹੁਣ ਪੰਜਾਬ ਤੇ ਹਮਲਾ ਕਰੀ ਆ ਜਿਹੜੀ ਅਗਨੀ ਵੀਰ ਅਗਨੀ ਪਥਰ ਆ ਗਈ ਹੈ ਇਹ ਵੀ ਪੰਜਾਬ ਤੇ ਵੱਡਾ ਹਮਲਾ ਕਿਉਂਕਿ ਪੰਜਾਬ ਤੇ ਹਰਿਆਣੇ ਦੇ ਲੋਕ ਹੀ ਜ਼ਿਆਦਾ ਉੱਥੇ ਪ੍ਰਜਾਪਤੀ ਹੁੰਦੇ ਨੇ ਕੋਸ਼ਿਸ਼ ਕਰਦੇ ਨੇ ਕਿਉਂਕਿ ਇੱਥੇ ਰੋਜ਼ਗਾਰ ਖੇਤੀ ਚ ਬਹੁਤ ਘਟ ਗਿਆ ਪਿੰਡਾਂ ਦੇ ਲੋਕ ਜਾਂਦੇ ਨੇ ਇਹਨਾਂ ਦੀਆਂ ਰਿਪੋਰਟਾਂ ਨੇ ਸੋ ਇਸ ਕਰਕੇ ਪੰਜਾਬ ਤੇ ਹਰਿਆਣੇ ਦਾ ਲੱਕ ਤੋੜਨ ਵਾਸਤੇ ਦੂਜੀ ਗੱਲ ਪੰਜਾਬ ਤੇ ਹਰਿਆਣੇ ਨੂੰ ਲੜਨ ਵਾਸਤੇ ਲੋਕ ਇਕੱਠੇ ਨੇ ਪੰਜਾਬ ਤੇ ਹਰਿਆਣੇ ਦੇ ਲੋਕ ਨਹੀਂ ਲੜ ਰਹੇ ਹੁਣ ਵੀ ਨਹੀਂ ਲੜ ਰਹੇ ਉਹ ਦੋਨਾਂ ਕਿਵਲੀ ਲੜੇ ਪਰ ਇਨਾਂ ਨੇ ਪੂਰੀ ਕੋਸ਼ਿਸ਼ ਉਦੋਂ ਵੀ ਕਰੀ ਲੜਾਉਣ ਦੀ ਹੁਣ ਵੀ ਕਰੀ ਖੱਟੜ ਸਾਹਿਬ ਉਦੋਂ ਵੀ ਇਹ ਜੇ ਪੱਠੇ ਸਿੱਧੇ ਵਿਆਨ ਦਿੰਦੇ ਰਹੇ ਕਦੇ ਡਾਂਗਾ ਮਾਰ ਕੇ ਹਰਿਆਣੀਆਂ ਦੀ ਸਿਰ ਪਾੜਦੇ ਰਹੇ ਉਦੋਂ ਤਾਂ ਹਰਿਆਣਵੀ ਸੀ ਉਹਨਾਂ ਦੇ ਜਿੱਦ ਕੈਥਲ ਚ ਜਿੱਦੇ ਇਹਨਾਂ ਨੇ ਹੋਰ ਹਿਸਾਰ ਦੇ ਵਿੱਚ ਕਰਿਆ ਉਹ ਤਾਂ ਹਰਿਆਣੀਆਂ ਨੇ ਸਿਰ ਹੀ ਪਾੜ ਰਹੀ ਸੀ ਨਾ ਸੋ ਇਸ ਕਰਕੇ ਇਹ ਜਿਹੜੀ ਹੋਣ ਖੱਟੜ ਸਾਹਿਬ ਦੀ ਵਿਆਨਬਾਜੀ ਆ ਇਹਨੂੰ ਅਗਨੀ ਪਥ ਅਗਨੀ ਵੀਰ ਸਕੀਨ ਦੇ ਨਾਲ ਇਹਨੂੰ ਪੰਜਾਬ ਯੂਨੀਵਰਸਿਟੀ ਪ੍ਰਤੀ ਜਿਹੜਾ ਇਹ ਅੰਤਰਮ ਹੁਕਮ ਹੋਇਆ ਹੈ ਮਾਂ ਜੋ ਹਾਈ ਕੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਉਹਦੇ ਨਾਲ ਜੋੜ ਕੇ ਇਸ ਨੂੰ ਜਿਹੜਾ ਕੇਂਦਰ ਨੇ ਇੱਥੇ ਨਿਜਮ ਵੀ ਅਸੀਂ ਤਾਂ ਕੇਂਦਰ ਦੇ ਲਾਗੂ ਕਰਾਂਗੇ ਉਹਦੇ ਨਾਲ ਜੋੜ ਕੇ ਇਸ ਨੂੰ ਜਿਹੜਾ ਪੰਜਾਬੀ ਨੂੰ ਗੌਣ ਵਿਸ਼ਾ ਬਣਾਇਆ ਉਹਦੇ ਨਾਲ ਜੋੜ ਕੇ ਇਸ ਨੂੰ ਜਿਹੜੇ ਸਿਲੇਬਸ ਕੱਟ ਤੇ ਸਿਲੇਬਸਾਂ ਦੇ ਵਿੱਚ ਜਿੱਡੀ ਜਿੱਡੀ ਗੱਲ ਵੀ ਐਮਰਜੈਂਸੀ ਨਾਲ ਤੁਹਾਡੇ ਹੱਕ ਕੇ ਮੇ ਹੋਏ ਗਈ ਸੀ ਉਹ ਚੈਪਟਰ ਕੱਟਤਾ ਹਾਲਾਂਕਿ ਉਹ ਤਾਂ ਇਹ ਐਮਰਜੈਂਸੀ ਉਲਟਾ ਹੈ ਨੇ ਉਹ ਤਾਂ ਇਹ ਕਹਿੰਦੇ ਇੰਦਰ ਗਾਂਧੀ ਦੇ ਉਲਟ ਨੇ ਪਰ ਚੈਪਟਰ ਕੱਟਦਾ ਕਿਉਂਕਿ ਆਪ ਤਾਂ ਉਹ ਹੀ ਕੰਮ ਕਰ ਰਹੇ ਨੇ ਲੋਕਾਂ ਦੇ ਜਮਹੂਰੀ ਹੱਕ ਲੋਕਾਂ ਦਾ ਇਤਿਹਾਸ ਲੋਕਾਂ ਦੀਆਂ ਲੋਕ ਕਹਾਣੀਆਂ ਲੋਕਾਂ ਦਾ ਸਿਆਸਤ ਦੇ ਵਿੱਚ ਹਿੱਸਾ ਸਿਆਸਤ ਦਾ ਕਿਸ ਤਰ੍ਹਾਂ ਮੋੜਾ ਹੋਇਆ ਕਿਸ ਤਰ੍ਹਾਂ ਪਰਿਵਾਰ ਬਣਦਾ ਇਹ ਸਾਰਾ ਕੁਝ ਉਹਦੇ ਵਿੱਚੋਂ ਕੱਟਤਾ ਵਿਗਿਆਨ ਦੇ ਕੁਝ ਐਸੇ ਚੈਪਟਰ ਕੱਟਦੇ ਜਿਹੜੇ ਬੰਦੇ ਦੀ ਵਿਗਿਆਨਕ ਸੋਚ ਬਣਾਉਂਦੇ ਸੀ ਸੋ ਇਸ ਕਰਕੇ ਇਹ ਉਸ ਪਾਸੇ ਨੂੰ ਤਰੇ ਹੋਏ ਨੇ ਇਹ ਪੰਜਾਬ ਦੇ ਉੱਤੇ ਇੱਕ ਹਮਲਾ ਹੈ ਤੇ ਉਹ ਖੱਟੜ ਸਾਹਬ ਦੇ ਰਾਹੀ ਉਹ ਕਰਵਾ ਰਹੇ ਨੇ ਖट्टर ਸਾਹਿਬ ਆਦਿ ਇਹੋ ਜੀ ਬਿਆਨ ਰਾਜੀ ਕਰਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਅੱਧੀ ਸਰਕਾਰ ਨਹੀਂ ਕਹਾਂਗਾ ਠੀਕ ਹੈ ਭਗਵੰਤ ਮਾਨ ਦੇ ਨਾਲ ਜਿੰਨਾ ਮਰਜ਼ੀ ਵਿਰੋਧ ਕਰਨ ਕਾਂਗਰਸੀ ਕਰਨ ਅਕਾਲੀ ਕਰਨ ਬੀ ਜੀ ਪੀ ਆਦਿ ਕਰਨ ਜਿਓ ਪੰਜਾਬ ਨੂੰ ਪਿਆਰ ਕਰਦੇ ਨੇ ਜਿਓ ਪੰਜਾਬ ਦੀ ਸਲਾਮਤੀ ਚਾਹੁੰਦੇ ਨੇ ਜੇ ਪੰਜਾਬ ਦੇ ਲੋਕਾਂ ਦੀ ਸਲਾਮਤੀ ਚਾਹੁੰਦੇ ਨੇ ਜੇ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਹੈ ਆ ਬਜਟ ਸੈਸ਼ਨ ਆ ਰਿਹਾ ਹੈ ਉੱਥੇ ਡੱਟ ਕੇ ਰੈਜ਼ੋਲੂਸ਼ਨ ਪਾਸ ਕਰਨੇ ਚਾਹੀਦੇ ਨੇ ਕਿ ਇਕਤਾ ਪੰਜਾਬੀ ਨੂੰ ਖੇਤਰੀ ਭਾਸ਼ਾ ਨੂੰ ਗੌਣ ਵਿਸ਼ਾ ਨਹੀਂ ਅਸੀਂ ਬਣਾਉਂਦੇ ਨਾ ਇਹਨੂੰ ਬਰਾਬਰ ਦਾ ਵਿਸ਼ਾ ਬਣਾਓ ਅੰਗਰੇਜ਼ੀ ਤੇ ਹਿੰਦੀ ਦੇ ਤੁਸੀਂ ਇਹਨੂੰ ਗੌਣ ਵਿਸ਼ਾ ਬਣਾਤਾ ਅਸੀਂ ਆ ਚੰਡੀਗੜ੍ਹ ਚੰਡੀਗੜ੍ਹ ਕਿਉਂਕਿ ਪੰਜਾਬ ਦਾ ਹੈ ਅਲਟੀਮੇਟਲੀ ਪੰਜਾਬ ਦਾ ਹੈ ਵੈਸੇ ਵੀ 60% ਹਿੱਸਾ ਸਾਡਾ ਹੈ ਜਿਹੜਾ ਤੁਸੀਂ ਇੱਥੇ ਬਿਜਲੀ ਦਾ ਸਾਰੀ ਉਹੋ ਜਿਕੇ ਲੱਗਾ ਹੋਇਆ ਸਮਾਨ ਸਾਜੋ ਸਮਾਨ ਤੇ ਜਗਾਵਾ ਉਹ ਸਾਡਾ ਵੇਚਿਆ ਨੇ ਇਹਦਾ ਪੈਸਾ ਦਿਓ ਸਾਨੂੰ ਵਾਪਸ ਕਰੋ ਸਾਡੀਆਂ ਇਹ ਸਾਡੀਆਂ ਨੇ ਇਸੇ ਤਰ੍ਹਾਂ ਹੀ ਕਿ ਜਿਹੜਾ ਤੁਸੀਂ ਇਹਦੇ ਵਿੱਚ ਫੌਜ ਦੇ ਵਿੱਚ ਆ ਆ ਕਰਤਾਂ ਨੂੰ 4 ਸਾਲ ਤੇ ਰੱਖਾਂਗੇ ਜਦ ਤੱਕ ਸਾਰੇ ਮੁਲਾਜ਼ਮਾਂ ਦਾ 4 ਸਾਲ ਕਰੋ ਕਰਨ ਵੀ 4 ਸਾਲ ਖੱਟੜ ਸਾਹਿਬ ਆਪੇ ਛੱਡ ਦੇਣ ਕਿਉਂਕਿ 4 ਸਾਲਾਂ ਬਾਅਦ ਛੱਡਣਾ ਸੀ ਖੱਟੜ ਸਾਹਿਬ ਤਾਂ ਦੂਜੀ ਵਾਰੀ ਆ ਗਏ ਹੁਣ ਤਾਂ 9 ਸਾਲ ਹੋ ਗਏ ਫਿਰ ਹੁਣ ਛੱਡ ਦੇਣ ਵੀ ਚਲੋ ਜੀ ਮੈਂ ਤਾਂ ਬਹੁਤ ਕਰ ਰਿਹਾ ਹੁਣ ਇਹਨਾਂ ਨੂੰ 4 ਸਾਲ ਵਾਸਤੇ ਹੀ ਕਹਿਣਾ ਮੋਦੀ ਸਾਹਿਬ ਛੱਡ ਦੇਣ ਮੋਦੀ ਸਾਹਿਬ ਕੀ ਜੀ ਟਰਨਲਾਈਨ ਨੂੰ ਵੀ ਫਿਰਦੇ ਨੇ ਅਮਿਤ ਸ਼ਾਹ ਜੀ ਛੱਡ ਦੇਣ ਤੇਨਾ ਮੋਦੀ ਸਾਹਿਬ ਸੀ ਅੰਰੇ ਸੋ ਇਹਨਾਂ ਸਾਰਿਆਂ ਨੂੰ ਪੈਨਸ਼ਨਾਂ ਵੀ ਆਪਣੀਆਂ ਛੱਡਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਆਪਦੇ ਅਹੁਦੇ ਵੀ 4 ਸਾਲ ਬਾਅਦ ਛੱਡਨੇ ਚਾਹੀਦੇ ਨੇ ਤੇ ਜਿਹੜੇ ਵੱਡੇ ਵੱਡੇ ਅਧਿਕਾਰੀ ਕਹਿੰਦੇ ਨੇ ਵੀ 4 ਸਾਲ ਦੀ ਯੋਜਨਾ ਠੀਕ ਹੈ ਉਹਨਾਂ ਨੂੰ ਵੀ ਜਿੰਨੇ ਲੋਗ 4 ਸਾਲਾਂ ਦੀ ਗੱਲ ਨੂੰ ਠੀਕ ਕਹਿੰਦੇ ਨੇ ਉਹਨਾਂ ਕੋ ਆਪਨੇ ਆਉਦੇ ਛੱਡ ਦੋ ਜਿੰਨੇ ਲੋਗ ਕਹਿੰਦੇ ਨੇ ਕਿ ਇਹ ਹਰਿਆਣਾ ਇੱਥੇ ਚੰਡੀਗੜ੍ਹ ਚ ਆਪਦੀ ਵਿਧਾਨ ਸਭਾ ਬਣਾ ਲੇ ਫੁਲਾਨੀ ਬਣਾ ਲੇ ਉਹਨਾਂ ਨੂੰ ਕਹੇ ਪਹਿਲਾਂ ਫੜ ਕੇ ਆਉ ਜਾ ਕੇ ਐਚੇ ਸੁਪਰੀਮ ਕੋਰਟ ਨੇ ਕਿਹਾ ਸੀ ਇੱਕ ਜੱਜ ਸਾਹਿਬ ਨੂੰ ਅ ਵੀ ਤੁਸੀਂ ਪਹਿਲਾਂ ਕਾਨੂੰਨ ਪੜੋ ਜੇ ਤੁਸੀਂ ਇਹ ਜਿਹੇ ਫੈਸਲੇ ਕਰ ਦਿਓ ਕਿਉਂਕਿ ਜਿਹੜਾ ਹਸਿਆ ਨਹੀਂ ਅਰਕੇਸ਼ ਕਰਿਆ ਸੀ ਸਿਆਸਤਾਂ ਉਸ ਦੇ ਉੱਤੇ ਤੇ ਇਹਨਾਂ ਨੂੰ ਵਿਸਥਾਸਦਾਨਾਂ ਨੂੰ ਵੀ ਦੁਬਾਰਾ ਕਾਨੂੰਨ ਨੂੰ ਪੜਨ ਦੁਬਾਰਾ ਜਿਹੜਾ ਪੰਜਾਬ ਪੁਨਰਗਠਨ ਕਾਨੂੰਨ ਹੈ ਉਸ ਨੂੰ ਪੜਨ ਸੰਵਿਧਾਨ ਨੂੰ ਪੜਨ ਆਜ਼ਾਦੀ ਦੀ ਢਹਿਰ ਨੂੰ ਦੇਖਨ ਪੰਜਾਬੀ ਸੂਬਾ ਬਣਨ ਦੇ ਇਤਿਹਾਸ ਨੂੰ ਦੇਖਨ ਪੰਜਾਬੀ ਸੂਬਾ ਬਣੇ ਤੋਂ ਬਾਅਦ ਜੋ ਕੁਝ ਪੰਜਾਬ 'ਚ ਹੋਇਆ ਉਸ ਨੂੰ ਦੇਖਨ ਉਹਨਾਂ ਅਗਨੀਕੁੰਡਾ ਨੂੰ ਦੇਖਣ ਜਿਹੜੇ ਅੰਮ੍ਰਿਤਸਰ ਵਾਲੇ ਸੀ ਜਦ ਕੇਂਦਰ ਸਰਕਾਰ ਦੇ ਸਪੀਕਰ ਹੁਕਮ ਸਿੰਘ ਨੇ ਆ ਕੇ ਉਹਨਾਂ ਨੂੰ ਰੋਕਿਆ ਸੀ ਤੇ ਉਹਨੂੰ ਯਾਦ ਰੱਖਣ ਜਦ ਫਿਰੂ ਮਾਨ ਨੇ ਸ਼ਹੀਦੀ ਦਿੱਤੀ ਸੀ ਇਹਦੇ ਬਾਰੇ 84 ਨੂੰ ਯਾਦ ਰੱਖਣਾ ਜੋ 84 82 ਫਿਰ ਕਿਹੜਾ ਸ਼ਾਂਤੀ ਕਰ ਲਈ ਇਹਨਾਂ ਨੇ ਸੋ ਇਸ ਕਰਕੇ ਇਹਨਾਂ ਨੂੰ ਅੱਜ ਮੁੜ ਕੇ ਕਾਨੂੰਨ ਨੂੰ ਇਤਿਹਾਸ ਨੂੰ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਹੱਕਾਂ ਨੂੰ ਤੇ ਸੰਵਿਧਾਨ ਨੂੰ ਦੁਬਾਰਾ ਪੜ੍ਹਨਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਇਹਨਾਂ ਦੀ ਸੁਰਤ ਦਿੱਤਾ ਸੰਵਿਧਾਨ ਬਣਿਆ ਨਹੀਂ ਆ ਇਹਨਾਂ ਦੀ ਉਮਰ ਤਾਂ ਹੈ ਨਹੀਂ ਤਾ ਆਜ਼ਾਦੀ ਤੋਂ ਬਾਅਦ ਵੀ ਪੈਦਾ ਹੋਰ ਨੇ ਸਾਰੇ ਜਿਹੜੇ ਲੀਡਰ ਨੇ ਇਹ ਬਹੁਤੇ ਖੱਟੜ ਸਾਹਿਬ ਤਾਂ ਆਜ਼ਾਦੀ ਤੋਂ ਬਾਅਦ ਦੇ ਨੇ ਖੱਟੜ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਵੀ ਵੀ ਸੰਵਿਧਾਨ ਕਿਵੇਂ ਬਣਿਆ ਸੀ ਸੰਵਿਧਾਨ ਕਾਢਣੀ ਸਭਾ ਨੇ ਕੀ ਕਰਿਆ ਸੀ ਇਸ ਕਰਕੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਦੁਬਾਰਾ ਪੜ੍ਹ ਲੈਣ ਸੰਵਿਧਾਨ ਕਾਢਣੀ ਸਭਾ ਦੀਆਂ ਜਿਹੜੀਆਂ ਬਹਿਸਾਂ ਸੀਗੀਆਂ ਕਿ ਅਸੀਂ 14 ਭਾਸ਼ਾ ਕਿਉਂ ਪਾਈਆਂ ਨੇ ਸੰਵਿਧਾਨ ਦੇ ਵਿੱਚ ਸ਼ੈਡਿਊਲ ਦੇ ਵਿੱਚ 8ਵੇਂ ਸ਼ੈਡਿਊਲ 'ਚ ਉਹ ਦੁਬਾਰਾ ਪੜ੍ਹ ਲੈਣ ਵੀ ਇਹ ਭਾਸ਼ਾਵਾਂ ਕਿਉਂ ਪਾਈਆਂ ਸੀ ਉਹ ਦੁਬਾਰਾ ਪੜ੍ਹ ਲੈਣਾ ਕਿ ਅਸੀਂ ਲੋਕਾਂ ਦਾ ਏਕਾ ਸੂਬਿਆਂ ਦਾ ਗਠਨ ਕਿਵੇਂ ਕਰਿਆ ਸੀ ਉਹਨੂੰ ਦੁਬਾਰਾ ਪੜ੍ਹਦਾ ਹੈ ਥੋੜਾ ਧਿਆਨ ਨਾਲ ਪੜ੍ਹਦਾ ਹੈ ਫਿਰ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਜੇ ਵਿਧਾਨ ਸਭਾ ਵੱਖਰੀ ਬਣਾਉਣੀ ਆ ਤਾਂ ਆਪਦੀ ਪੰਚਕੂਲੇ ਚ ਬਣਾਓ ਚੰਡੀਗੜ੍ਹ ਜਿੱਨੀ ਬਣ ਸਕਦੀ ਕਿਉਂਕਿ ਚੰਡੀਗੜ੍ਹ ਹੁਣ ਡਿਸਪਿਊਟਡ ਟੈਰੀਟਰੀ ਹੈ ਇਹ ਡਿਸਪਿਊਟਡ ਟੈਰੀਟਰੀ ਅਨਡਿਸਾਈਡਡ ਵਰ ਕਹਾਂਗਾ ਡਿਸਪਿਊਟਡ ਹੋਣੀ ਅਨਡਿਸਾਈਡਡ ਟੈਰੀਟਰੀ ਹੈ ਇਹਦੇ ਚ ਤੁਸੀਂ ਕੁਝ ਉਸਾਰੀ ਕਰੀ ਨਹੀਂ ਸਕਦੇ ਚੰਡੀਗੜ੍ਹ ਚ ਜੇਲੀ ਤੁਸੀਂ ساری ਨਵੀਂ ਕਰਨੀ ਹੈ ਆਪਦੇ ਪੰਚਕੋਲੇ ਚ ਕਰੋ ਚੰਡੀਗੜ੍ਹ ਜਿਉਂਦਾ ਤਿਉਂ ਰਹੇਗਾ ਜਿਉਂਦੇ ਤਿਉਂ ਦੇ ਵਿੱਚ ਹਾਂ ਕਿਸੇ ਨੂੰ ਕੋਈ ਕਿਰਾਏ ਚ ਜਗਾ ਮਿਲਦੀ ਆ ਕਿਸੇ ਨੂੰ ਕੋਈ ਜਗਾ ਦੇਣ ਵੀ ਚਾਤੋਂ ਆਪਣਾ ਦਫਤਰ ਚਲਾ ਲੋ ਗੱਲ ਵੱਖਰੀ ਐ ਜਿਹਨੇ ਛੱਡ ਕੇ ਜਾਣਾ ਉਹ ਛੱਡ ਕੇ ਜਾਵੇ ਪਰ ਚੰਡੀਗੜ੍ਹ ਦੀ ਮਲਕੀਅਤ ਦੇ ਉੱਤੇ ਚੰਡੀਗੜ੍ਹ ਚ ਕੋਈ ਨਵੀਂ ਉਸਾਰੀ ਚੰਡੀਗੜ੍ਹ ਚ ਕੋਈ ਨਵੀਂ ਗੱਲ ਕੋਈ ਵੀ ਨਹੀਂ ਕਰ ਸਕਦਾ ਨਾ ਪੰਜਾਬ ਕਰ ਸਕਦਾ ਨਾ ਹਰਿਆਣਾ ਕਰ ਸਕਦਾ ਜਿੰਨਾ ਚਿਰ ਇਹਦਾ ਅੰਤਮ ਫੈਸਲਾ ਨਹੀਂ ਹੁੰਦਾ ਇਹ ਇਹਦੇ ਚ ਹੋਰ ਸਬੂਤ ਆ 26 ਜੂਨ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀ ਸਮਝੌਤਾ ਹੋਇਆ ਹੋਇਆ ਸੀ ਦਸਕਤ ਹੋਏ ਹੋਏ ਸੀ ਔਰ 25 ਜੂਨ 25 ਤੇ 26 ਦੀ ਰਾਤ ਨੂੰ ਰਾਤ ਤੱਕ ਇਹ ਸੀ ਕਿ ਸਵੇਰੇ ਝੰਡਾ ਜਿਹੜਾ ਉਹ ਸਰ ਸਰਜੀਤ ਸਿੰਘ ਬਰਨਾਲਾ ਚੜਾਉਣਗੇ ਚੰਡੀਗੜ੍ਹ ਦੇ ਵਿੱਚ ਪਰ ਉਹ ਰਾਤੋਂ ਰਾਤ ਫੈਸਲਾ ਬਦਲ ਰਿਹਾ ਗਿਆ ਨਹੀਂ ਜਿੱਤਿਆ ਗਿਆ ਪਰ ਇਹ ਤੋਂ ਇਹ ਤਾਂ ਪਤਾ ਲੱਗਿਆ ਵੀ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਸੀ ਚੰਡੀਗੜ੍ਹ ਪੰਜਾਬ ਦਾ ਸੀ ਜਿਹੜੇ ਬੋਰਡ ਫਾਜ਼ਿਲਕਾ ਦੇ ਡਾਕਿਆਂ ਦੀ ਗੱਲ ਕਰਦੇ ਸੀ ਉੱਥੇ ਕੰਦੂ ਖੇੜੇ ਦਾ ਫੈਸਲਾ ਹੋ ਕੇ ਇਹ ਵੀ ਹੋ ਗਿਆ ਵੀ ਉਹ ਨਾਲ ਨਹੀਂ ਜੁੜਦੇ ਉਹ ਹੀ ਨਹੀਂ ਮਰਨੇ ਇਹ ਸਾਰੇ ਫੈਸਲੇ ਹੋ ਚੁੱਕੇ ਨੇ ਇਹ ਲਿਸਟ ਦੇ ਵਿੱਚ ਨੇ ਇਹਦੇ ਉੱਤੇ ਕਮਿਸ਼ਨ ਬੜੇ ਬਣੇ ਨੇ ਇਹਦੇ ਵਿੱਚ ਬਹੁਤ ਕੁਝ ਹੋਇਆ ਹੋਇਆ ਸੁਖਾਟਟ ਸਾਹਿਬ ਉਹ ਸਾਰੇ ਕਾਸੇ ਨੂੰ ਪੜਦੇ ਨੇ ਇਸ ਤੋਂ ਪਹਿਲਾਂ ਕਿ ਉਹ ਇਹ ਜੀ ਬਿਆਨ ਰਾਜੀ ਕਰਦੇ ਨੇ ਤੇ ਆਪਦਾ ਵੀ ਦੇਖ ਲੈਣ ਉਹਨਾਂ ਨੇ ਕੀ ਕੁਝ ਹੋਰ ਵੱਖਰਾ ਬਣਾ ਲਿਆ ਜੇ ਵੱਖਰੀ ਸੀ ਇਹ ਹਸਾਰ ਬਣਾ ਸਕਦੇ ਨਹੀਂ ਤਾਂ ਵੱਖਰੀ ਵਿਧਾਨ ਸਭਾ ਆਪਦੀ ਬਣਾ ਲੈਣ ਸੀ ਸਰ ਨੇ ਚੰਡੀਗੜ੍ਹ ਛੋੜ ਬਣਾਈ ਇਹ ਚੰਡੀਗੜ੍ਹ ਵਾਸਤੇ ਨਹੀਂ ਆਪਦੇ ਵਾਸਤੇ ਬਣਾਈ ਹਰਿਆਣੇ ਵਾਸਤੇ ਡੀਲੀ ਬੋਰਡ ਆਪਦਾ ਹਰਿਆਣੇ ਦਾ ਬਣਾਇਆ ਹੈ ਹਿਸਾਰ ਹੈਗ ਵੀ ਕਮਚੀ ਯੂਨੀਵਰਸਿਟੀ ਹਿਸਾਰ ਚ ਬਣਾਈ ਹੈ ਜਿਹੜੀਆਂ ਦੂਜੀਆਂ ਯੂਨੀਵਰਸਿਟੀਆਂ ਕੋਲ ਖੇਤਰ ਚ ਬਣਾਈ ਗੁਰੂ ਜੰਦੇਸ਼ ਯੂਨੀਵਰਸਿਟੀ ਸਿਸੇ ਦੇ ਵਿੱਚ ਬਣਾਈ ਹਿਸਾਰ ਚ ਬਣਾਈ ਤੇ ਜਿਹੜੀ ਮਹਾਰਿਸ਼ੀ ਧਿਆਨੰਦ ਯੂਨੀਵਰਸਿਟੀ ਬਣਾਈ ਇਹ ਸਾਰੇ ਉਹਨਾਂ ਨੇ ਆਪ ਹੀ ਬਣਾਏ ਨੇ ਮੈਡੀਕਲ ਕਾਲਜ ਮੈਡੀਕਲ ਕਾਲਜ ਰੋहतक ਵੀ ਸੰਜਿਆ ਸੀ ਔਰ 1906 ਦੇ ਵਿੱਚ ਜਦ ਪੰਜਾਬ ਵੱਖਰਾ ਹੋਇਆ ਹਰਿਆਣੇ ਤੇ ਪੰਜਾਬ 1906 ਚ ਪੰਜਾਬ ਦੇ ਬੱਚੇ ਰੋहतक ਦੇ ਮੈਡੀਕਲ ਕਾਲਜ ਚ ਪੜਦੇ ਸੀ ਕਿਉਂਕਿ ਉਹਨਾਂ ਕੋਲ ਇਹਨੇ ਬੱਚੇ ਨਹੀਂ ਹੁੰਦੇ ਸੀ 100 ਸੀਟ ਸੀ ਉਹਨਾਂ ਦੇ 50 ਆਉਂਦੇ ਸੀ ਉਹ ਉਹਨਾਂ ਨੇ ਆਪ ਦਾ ਕਾਲਜ ਵੱਖਰਾ ਪੂਰਾ ਬਣਾ ਕੇ ਪੋਸਟ ਗ੍ਰੈਜੂਏਟ ਸੀਟ ਬਣੀ ਔਰ ਮਨੂਏ ਕਹਿੰਦੇ ਕੋਈ ਚੇਚ ਨਹੀਂ ਆ। ਸੋ ਜਿਵੇਂ ਉਹਨਾਂ ਨੇ ਆਪ ਦੇ ਵੱਖਰੇ ਵੱਖਰੇ ਕਰ ਲੈਣੇ ਹੋਰ ਵੀ ਕਰ ਲੈਣ ਕੋਈ ਇਤਰਾਜ਼ ਨਹੀਂ ਕਿਸੇ ਨੂੰ ਕੀ ਇਤਰਾਜ਼ ਆ ਜੇ ਉਹ ਆਪਣੇ ਵਿਧਾਨ ਸਭਾ ਬਣਾਉਣਾ ਚਾਹੁੰਦੇ ਨੇ ਮੰਚ ਕੋਲੇ ਚ ਬਣਾਉਣ ਵਾਲੇ ਚ ਮਣਾ ਕਰਨਾਲ ਚ ਬਣਾਉਣ ਹਿਸਾਰ ਚ ਬਣਾਉਣ ਕੋਈ ਨਹੀਂ ਰੋਕੇਗਾ ਕੋਈ ਕੌਣ ਕਿਸੇ ਨੇ ਕੀ ਬਹਿਣਾ ਇਸ ਗੱਲ 'ਚ ਉਹ ਆਪਣੀ ਸੈਕਟੇਟ ਬਣਾ ਲੈਣ ਜਿੱਥੇ ਉਹਨਾਂ ਦਾ ਦਿਲ ਕਰਦਾ ਜਿੱਥੇ ਉਹਨਾਂ ਦੇ ਲੋਕਾਂ ਨੂੰ ਲੱਗੂਗਾ ਵੀ ਸਾਨੂੰ ਨੇੜੇ ਥੋਕਾ ਸੈਂਟਰ ਪਲੇਸ ਆ ਉੱਥੇ ਬਣਾ ਲੈਣ ਜਿੱਥੇ ਉਹ ਚਾਹਣ ਉਹਨਾਂ ਦੇ ਲੋਕ ਚਾਹਣ ਜਾਂ ਉਹ ਆਪ ਚਾਹਣ ਜਾਂ ਜਗ੍ਹਾ ਹੋਵੇ ਇਸੇ ਤਰ੍ਹਾਂ ਪਾਣੀ ਪੀਣ ਦਾ ਹੋਵੇ ਕਿਉਂਕਿ ਹਰਿਆਣਾ 'ਚ ਕਾਫੀ ਪਾਣੀ ਆ ਜਿਹੜਾ ਉਹ ਖਾਰਾ ਹੈ ਇਸੇ ਤਰ੍ਹਾਂ ਹੀ ਜੇ ਉਹਨਾਂ ਨੇ ਆਪਣੀ ਹਾਈ ਕੋਰਟ ਵੀ ਬਣਾਉਣੀ ਹੈ ਤੇ ਹਾਈ ਕੋਰਟ ਵੀ ਬਣਾ ਲੈਣ ਹਾਈ ਕੋਰਟ ਨੂੰ ਵੀ ਕੋਈ ਰੋਕ ਨਹੀਂ ਆ ਆਪਣੀ ਬਣਾ ਲੈਣ ਬਖੀ ਪਰ ਉਹ ਚੰਡੀਗੜ੍ਹ ਚ ਨਹੀਂ ਬਣਾ ਸਕਦੇ ਚੰਡੀਗੜ੍ਹ ਜੋ ਬਣ ਗਿਆ ਬਣ ਗਿਆ ਜੋ ਜਿਹਨੂੰ ਰਾਤ ਹੋ ਗਿਆ ਹੋ ਗਿਆ ਉਹ ਜਿੰਨਾ ਚਿਰ ਫਾਈਨਲ ਫੈਸਲਾ ਨਹੀਂ ਹੁੰਦਾ ਉਹਦੀ ਸੱਚੀਤੀ ਇਹ ਨਹੀਂ ਬਦਲ ਸਕਦੇ ਇਹ ਧੱਕੇ ਨਾਲ ਬਦਲ ਰਹੇ ਨੇ ਕੇਂਦਰ ਨੇ ਵੀ ਜਿਹੜੇ ਨਿਜਮ ਬਦਲੇ ਉਹ ਵੀ ਧੱਕੇ ਨਾਲ ਬਦਲੇ ਜਿਹੜੇ ਲਾਗੂ ਹੋ ਰਹੇ ਸੀ ਉਹੀ ਹੋਣੇ ਚਾਹੀਦੇ ਸੀ ਸੋ ਮੈਨੂੰ ਇਹ ਲੱਗਦਾ ਵੀ ਸਾਨੂੰ ਨਰਿਆਦਾ ਨਿਜਮ ਕਾਨੂੰਨ ਸੰਵਿਧਾਨ ਇਹ ਇਤਿਹਾਸ ਇਹ ਸਾਰਾ ਕੁਝ ਦੇਖ ਕੇ ਚੱਲਣਾ ਚਾਹੀਦਾ ਕਿ ਨਿਆਇਕ ਫੈਸਲੇ ਕਰਨੇ ਚਾਹੀਦੇ ਨੇ ਨਾ ਕਿ ਤੱਕਿਆਰੇ ਜੀ ਬਿਲਕੁਲ ਲੋਕ ਸਭਾ ਸੰਸਥਾ ਦੀ ਤਰੀਕਾ ਮੰਡਲੀਆਂ ਬਹੁਤ ਬਹੁਤ ਸ਼ੁਕਰੀਆ ਵਿਚਾਰਕ ਜੀ